ਫਾਜ਼ਿਲਕਾ ਪੁਲਿਸ ਨੇ ਵੱਖ-ਵੱਖ ਚੋਰੀ ਦੇ ਮਾਮਲਿਆਂ ਦੇ ਵਿੱਚ ਕੀਤੀ ਕਾਰਵਾਈ, ਕਈ ਚੋਰਾਂ ਨੂੰ ਕੀਤਾ ਕਾਬੂ, ਸਮਾਨ ਵੀ ਕੀਤਾ ਬਰਾਮਦ। ਥਾਣਾ ਸਿਟੀ ਦੇ ਐਸਐਚਓ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ। ਫਾਜ਼ਿਲਕਾ ਪੁਲਿਸ ਨੇ ਵੱਖ-ਵੱਖ ਚੋਰੀ ਦੇ ਮਾਮਲਿਆਂ ਦੇ ਵਿੱਚ ਕਾਰਵਾਈ ਕੀਤੀ ਹੈ, ਜਿਸ ਦੇ ਵਿੱਚ ਕਈ ਚੋਰਾਂ ਨੂੰ ਕਾਬੂ ਕੀਤਾ ਗਿਆ ਅਤੇ ਉਹਨਾਂ ਤੋਂ ਚੋਰੀ ਕੀਤਾ ਗਿਆ ਸਮਾਨ, ਬੈਟਰੀਆਂ ਅਤੇ ਮੋਬਾਈਲ, ਲੈਪਟਾਪ ਵਗੈਰਾ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸਐਚਓ ਚੰਦਰ ਸ਼ੇਖਰ ਨੇ ਕਿਹਾ ਕਿ ਉਹਨਾਂ ਨੂੰ ਕਈ ਮੁਕੱਦਮਿਆਂ ਦੇ ਵਿੱਚ ਚੋਰਾਂ ਦੀ ਤਲਾਸ਼ ਸੀ, ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਅਤੇ ਉਹਨਾਂ ਦੇ ਕੋਲੋਂ ਵੱਡੀ ਰਿਕਵਰੀ ਵੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ 7 ਬੈਟਰੀਆਂ, ਚਾਰਜਰ, ਮੋਬਾਈਲ ਅਤੇ ਲੈਪਟਾਪ ਬਰਾਮਦ ਕੀਤੇ ਹਨ। ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਈ ਮਾਮਲਿਆਂ ਦਾ ਖੁਲਾਸਾ ਵੀ ਕੀਤਾ ਹੈ। ਜੀ, ਥਾਣਾ ਸਿਟੀ ਫਾਜ਼ਿਲਕਾ ਵਿਖੇ ਇੱਕ ਮੁਕੱਦਮਾ ਨੰਬਰ 86/2023 ਦਰਜ ਰਜਿਸਟਰ ਹੋਇਆ ਸੀ, ਜਿਸ ਦੀ ਤਫਤੀਸ਼ ਦੇ ਦੌਰਾਨ ਜਿਹੜਾ ਦੋਸ਼ੀ ਗੁਰਵਿੰਦਰ ਸਿੰਘ ਨਾਮਕ ਦਾ ਜਿਹੜਾ ਚੋਰ ਸੀ, ਉਸ ਕੋਲੋਂ 7 ਬੈਟਰੀ, 2 ਐਕਟਿਵਾ ਅਤੇ ਕੁਛ ਹੋਰ ਜਿਹੜਾ ਮਿਸਲੇਨੀਅਸ ਸਮਾਨ, ਕਾਫੀ ਜਿਹੜਾ ਚਾਰਜਰ ਵਗੈਰਾ ਅਤੇ ਹੋਰ ਜਿਹੜੇ ਇਸ ਤੋਂ ਸਮਾਨ ਬਰਾਮਦ ਹੋਇਆ ਸੀ, ਜਿਸ ਤੋਂ ਕਰੀਬ ਸ਼ਹਿਰ ਦੇ ਵਿੱਚ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ 7 ਦੁਕਾਨਾਂ ਜਿਹੜੀਆਂ ਅਲੱਗ ਅਲੱਗ ਜਗ੍ਹਾ ਤੋਂ ਟੁੱਟੀਆਂ ਸੀ, ਉਹ ਸਾਰੀਆਂ ਜਿਹੜੀਆਂ ਚੋਰੀਆਂ ਟਰੇਸ ਕਰ ਲਈਆਂ ਗਈਆਂ ਸੀ। ਇਸ ਤੋਂ ਇਲਾਵਾ ਇੱਕ ਮੁਕੱਦਮਾ ਨੰਬਰ 35/23 ਦੇ ਵਿੱਚ ਵੀ ਇਸ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਵਿੱਚ ਇਸ ਨੂੰ ਜਿਹੜਾ ਦੌਰਾਨੇ ਪੁਲਿਸ ਰਿਮਾਂਡ ਦੋਸ਼ੀ ਕੋਲੋਂ ਜਿਹੜੇ 3 ਲੈਪਟਾਪ ਔਰ 6 ਮੋਬਾਈਲ ਬਰਾਮਦ ਹੋਏ ਹਨ, ਜਿਹੜਾ ਕਿ ਇਸਨੇ ਲਾਧੂਕਾ ਮੰਡੀ ਵਿਖੇ ਇੱਕ ਦੁਕਾਨ ਭੰਨ ਕੇ ਚੋਰੀ ਕੀਤੀ ਸੀ, ਉਹ ਵੀ ਜਿਹੜੀ ਸਾਡੀ ਇਸ ਮੁਕੱਦਮੇ ਦੇ ਵਿੱਚ ਉਸ ਚੋਰੀ ਨੂੰ ਟਰੇਸ ਕੀਤਾ ਗਿਆ। ਹੁਣ ਰਿਮਾਂਡ ਤੇ ਸਰ ਜਾਂ ਜੇਲ੍ਹ ਭੇਜ ਦਿੱਤਾ ਗਿਆ? ਨਹੀਂ ਜੀ, ਇਸਦਾ ਜਿਹੜਾ ਪੁਲਿਸ ਰਿਮਾਂਡ ਖਤਮ ਹੋ ਚੁੱਕਿਆ, ਤਾਂ ਇਸਦੇ ਕੋਲ ਟੋਟਲ 9 ਬੈਟਰੀ, 1 ਇਨਵਰਟਰ, 1 ਬੈਟਰੀ ਚਾਰਜਰ, 2 LCD, 6 ਮੋਬਾਈਲ ਫੋਨ, 3 ਲੈਪਟਾਪ ਔਰ ਜਿਹੜੀਆਂ 2 ਐਕਟਿਵਾ ਬਰਾਮਦ ਹੋਈਆਂ ਹਨ। ਪੁੱਛਗਿੱਛ ਦੇ ਦੌਰਾਨ ਪਤਾ ਲੱਗਿਆ ਕੋਈ ਹੋਰ ਇਸਦੇ ਸਾਥੀ ਹੈਗੇ ਸੀ ਨਾਲ ਇਸ ਕੰਮ ਵਿੱਚ? ਨਹੀਂ ਜੀ, ਇਹ ਕਾਫੀ ਸਾਡੇ ਕੋਲ ਇਸਦੇ ਬਾਬਤ ਜਿਹੜੀ CCTV ਕੈਮਰੇ ਦੀ ਫੁਟੇਜ ਵੀ ਮੌਜੂਦ ਨੇ, ਤਾਂ ਇਹ ਜਿਹੜਾ ਇਕੱਲਾ ਹੀ ਐਕਟਿਵਾ 'ਤੇ ਆਉਂਦਾ ਸੀ ਔਰ ਐਕਟਿਵਾ 'ਤੇ ਚੋਰੀ ਕਰਕੇ ਲੈ ਜਾਂਦਾ ਸੀ। ਕਾਫੀ ਟਾਈਮ ਤੋਂ ਅਸੀਂ ਇਸਦੇ ਪਿੱਛੇ ਸੀਗੇ ਔਰ ਇਸ ਨੂੰ ਜਿਹੜਾ ਟਰੇਸ ਕਰਕੇ ਸਾਨੂੰ ਜਿਹੜੀ ਇਹ ਉਪਲਬਧੀ ਹਾਸਲ ਹੋਈ ਹੈ। ਕੀ ਲੱਗਦਾ ਹੋਰ ਵੀ ਖੁਲਾਸਾ ਹੋਏਗਾ? ਜੀ, ਹਾਲ ਦੀ ਘੜੀ ਜਿਹੜੇ ਸਾਡੇ ਮੁਕੱਦਮੇ ਸੀ ਅਸੀਂ ਟਰੇਸ ਕਰ ਰਹੇ ਨੇ, ਉਸ ਤੋਂ ਇਲਾਵਾ ਜਿਹੜੇ ਲਾਗਲੇ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਕੁਛ ਚੋਰੀਆਂ ਜਿਹੜੀਆਂ ਟਰੇਸ ਹੋਈਆਂ ਨੇ। ਇਸ ਤੋਂ ਇਲਾਵਾ ਇਸ ਦੋਸ਼ੀ ਦੇ ਬਾਰੇ ਜਿਹੜੇ ਸਾਡੇ ਐਡਜੋਇਨਿੰਗ ਡਿਸਟ੍ਰਿਕਟ ਨੇ ਜਾਂ ਜ਼ਿਲ੍ਹੇ ਦੇ ਹੋਰ ਥਾਣੇ ਨੇ, ਉਹਨਾਂ ਨੂੰ ਅਸੀਂ ਇਨਫੋਰਮ ਕਰਾਂਗੇ। ਇੱਦਾਂ ਦੀ ਤਰੀਕਾ ਹੈ, ਵਾਰਦਾਤ ਦੇ ਨਾਲ ਜਿੰਨੀਆਂ ਵੀ ਚੋਰੀਆਂ ਹੋਈਆਂ ਨੇ ਅਤੇ ਯਕੀਨਨ ਇਸ ਚੋਰ ਨੇ ਕੀਤੀਆਂ ਹੋਣਗੀਆਂ, ਤਾਂ ਉਸ ਮੁਕੱਦਮਿਆਂ ਦੇ ਵਿੱਚ ਵੀ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਹ ਮੁਕੱਦਮੇ ਟਰੇਸ ਕੀਤੇ ਜਾਂਦੇ ਹਨ।